ਅਸਲਾਮ ਵਾਲੇਕਮ ਵੀਰੋ ਉਹ ਕੀ ਆਂਦੇ ਨੇ ਸਿਰ ਮਡਾਤੇ ਹੀ ਹੌਲੇ ਪੜ ਗਏ ਉਹ ਪੰਜਾਬੀ ਚ ਆਂਦੇ ਨੇ ਕਿ ਟਿੰਡ ਕਰਾਈ ਤੇ ਨਾਲ ਹੀ ਪੈੜਾ ਪੈਣ ਲੱਗ ਪਿਆ ਕੱਲ ਕਣਕ ਵੱਢੀ ਏ ਤੇ ਅੱਜ ਬੱਦਲ ਬਣ ਗਏ ਨੇ ਤੇ ਜ਼ਿੰਮੇਵਾਰੀ ਤਾਂ ਇਹ ਰੋਟੀ ਹੁੰਦੀ ਸਾਰੇ ਸਾਲ ਦੀ 6 ਮਹੀਨੇ ਜ਼ਿੰਮੇਵਾਰ ਮਿਹਨਤ ਕਰਦਾ ਇਹਨੂੰ ਬੀਜਦਾ ਪਾਣੀ ਲਾਈ ਦੇ ਨੇ ਖਾਦਾਂ ਪਾਈ ਦੀਆਂ ਨੇ ਤੇ ਹੁਣ ਵੱਢਣ ਦਾ ਟਾਈਮ ਆਇਆ ਤੇ ਰੱਬ ਨੇ ਜਿਹੜਾ ਨਾ ਉਹ ਬੱਦਲ ਭੇਜਦੇ ਨੇ ਤੇ ਅੱਲਾਹ ਪਾਕ ਕਰਮ ਕਰੇ ਇਹਦੇ ਨਾਲ ਖਾਲੀ ਜ਼ਿਮੀਦਾਰ ਦੀ ਇਹ ਰੋਟੀ ਨਹੀਂ ਹੁੰਦੀ ਰੋਜ਼ੀ ਰੋਟੀ ਇਹਦੇ ਨਾਲ ਹੀ ਇਹਦੇ ਨਾਲ ਪੂਰੀ ਦੁਨੀਆ ਦੀ ਹੈ ਖਾਸ ਤੌਰ ਤੇ ਜਿਹੜੇ ਮਾੜੇ ਬੰਦੇ ਗਰੀਬ ਬੰਦੇ ਕਈ ਬੰਦੇ ਤਾਂ ਜਿਹੜੇ ਨੇ ਉਹ ਕਣਕ ਜਿਨ੍ਹਾਂ ਦੇ ਵੱਡੇ ਜ਼ਿਮੀਦਾਰ ਨੇ ਮਸ਼ੀਨਾਂ ਨਾਲ ਵੜਾ ਲਈਦੇ ਨੇ ਤੇ ਪਿੰਡਾਂ ਦੇ ਵਿੱਚ ਮਾੜੇ ਬੰਦੇ ਵੀ ਹੁੰਦੇ ਨੇ ਤੇ ਉਹ ਜਿਹੜਾ ਹੱਥ ਨਾਲ ਹੱਥ ਨਾਲ ਕੱਲ ਵੜਾਈ ਵੜਾਈ ਸ਼ੁਰੂ ਕੀਤੀ ਹੈ ਤੇ ਉਹ ਵਾਢੇ ਲਾਏ ਨੇ ਤੇ ਅੱਜ ਬਦਲ ਬਣ ਗਏ ਨੇ ਤੇ ਅੱਲਾਹ ਪਾਕ ਰਹਿਮ ਕਰੇ ਇਹਦੇ ਵਿੱਚ ਉਹਨਾਂ ਜਿਹੜੇ ਵੱਢਦੇ ਨੇ ਉਹ ਮਾੜੇ ਲੋਕਾਂ ਦੇ ਉਹਨਾਂ ਦੇ ਬਾਲਾਂ ਦੀਆਂ ਵੀ ਰੋਟੀਆਂ ਨੇ ਤੇ ਅੱਲਾਹ ਪਾਕ ਕਾਬਦਾ ਨਾ ਰਹਿਮ ਕਰੇ ਕਰਮ ਕਰੇ ਤੇ ਜ਼ਿੰਮੇਦਾਰ ਤੇ ਪੂਰੇ ਸਾਲ ਦੀ ਮਿਹਨਤ ਹੁੰਦੀ ਹੈ ਮੇਰੇ ਦੇ ਨਾਲ ਪੂਰੇ ਸਾਲ ਉਹਨੇ ਤਾਂ ਦਾਣੇ ਜਾਣੇ ਨੇ ਤੇ ਪਰੋਲਾ ਭਰ ਕੇ ਰੱਖ ਲੈਣਾ ਹੋਰ ਉਹਨੂੰ ਕੋਈ ਸ਼ੈ ਲੱਭੇ ਨਾ ਲੱਭੇ ਤੇ ਇਹ ਦਾਣੇ ਇਹ ਕਣਕ ਤੋਂ ਲੈ ਸਾਰਾ ਸਾਲ ਜਿਹੜੀ ਹੈ ਨਾ ਇਹ ਖਾਣੀ ਹੈ ਇਹ ਹੁੰਦੀ ਆਵਦੀ ਹੁੰਦੀ ਹੈ ਤੇ ਅੱਲਾ ਪਾਕ ਅਗੇ ਦੁਆ ਹੈ ਰੱਬ ਆਪਦਾ ਕਰਮ ਕਰੇ ਤੇ ਜਿਹੜਾ ਹੈ ਨਾ ਇਹ ਬਾਰਿਸ਼ ਕਿਸੇ ਹੋਰ ਪਾਸੇ ਲੈ ਜਾਏ ਤੇ ਜਿੱਥੇ ਪੰਜਾਬ ਦਾ ਏਰੀਆ ਹੈ ਜਿੱਥੇ ਕਣਕ-ਕੁਣਕ ਹੁੰਦੀ ਹੈ ਮਾੜੇ ਬੰਦੇ ਦੀਆਂ ਰੋਟੀਆਂ ਨੇ ਤੇ ਉਹ ਜਿਹੜਾ ਹੈ ਨਾ ਅੱਲਾ ਪਾਕ ਆਪਦਾ ਕਰਮ ਕਰੇ